ਸ਼ਤਸਰੀਆ ਕਾਲ ਦੋਸਤੋ ਚੈਨਲ ਸਟੱਡੀ ਐਂਡ ਜੌਬਲਰਸ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਲੈ ਕੇ ਹਾਜ਼ਰ ਹਾਂ ਜੀ ਇਸ ਸਮੇਂ ਦੀ ਸਭ ਤੋਂ ਵੱਡੀ ਤੇ ਤਾਜ਼ਾ ਖਬਰ 23 ਅਕਤੂਬਰ ਨੂੰ ਛੁੱਟੀ ਬਾਰੇ ਵੱਡੀ ਖਬਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਲੈ ਕੇ ਆਈ ਛੁੱਟੀਆਂ ਦਾ ਮੇਲਾ ਤਾਂ ਦੋਸਤੋ ਤੁਹਾਨੂੰ ਅੱਗੇ ਵੀ ਸਾਰੀ ਜਾਣਕਾਰੀ ਦੰਨੀ ਆ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਦ ਸਾਨੂੰ ਸ਼ੁਰੂਆਤ ਕਰ ਲੈਣਾ ਪੰਜਾਬ ਦੀ ਸਭ ਤੋਂ ਵੱਡੀ ਤੇ ਪਹਿਲੀ ਖਬਰ ਤੋਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀ ਲਈ ਖੁਸ਼ਖਬਰੀ ਇਸ ਦਿਨ ਟਰਾਂਸਫਰ ਕੀਤੇ ਜਾਣਗੇ 12ਵੀਂ ਕਿਸ਼ਤ ਦੇ ਪੈਸੇ ਤਾਂ ਹਾਂਜੀ ਦੋਸਤੋ ਕੇਂਦਰ ਦੀ ਮੋਦੀ ਸਰਕਾਰ ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾ ਰਹੀ ਹੈ ਇਹਨਾਂ ਵਿੱਚ ਸਭ ਤੋਂ ਮਹੱਤਵਪੂਰਨ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਹੈ ਦੱਸਦੇਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਅਕਤੂਬਰ 2022 ਨੂੰ ਯੋਜਨਾ ਦੀ 12ਵੀਂ ਕਿਸ਼ਤ ਦੇ 2000 ਰੁਪਏ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕਰਨਗੇ ਇਸ ਦਿਨ ਪ੍ਰਧਾਨ ਮੰਤਰੀ ਸਵੇਰੇ 11:45 ਮਿੰਟ ਤੇ ਦਿੱਲੀ ਦੇ ਮੇਲਾ ਮੰਦਨ ਵਿੱਚ ਦੋ ਰੋਜ਼ਾ ਪ੍ਰਧਾਨ ਮੰਤਰੀ ਕਿਸਾਨ ਸਰਮਾਨ ਸਮਾमेलन 2022 ਦਾ ਦੁਗਾਰਨ ਕਰਨਗੇ ਇਸੇ ਦੇ ਨਾਲ ਹੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ 16000 ਕਰੋੜ ਰੁਪਏ ਦਾ ਸਿੱਧਾ ਲਾਭ ਕਰੋੜਾ ਕਿਸਾਨਾਂ ਦੇ ਖਾਤੇਾਂ ਵਿੱਚ ਟਰਾਂਸਫਰ ਕੀਤਾ ਜਾਵੇਗਾ ਅਗਲੀ ਖਬਰ ਜਿਉਂ ਜਿਉਂ ਦਿਵਾਲੀ ਦਾ ਤਿਉਹਾਰ ਨਜ਼ਦੀਕ ਆਉਂਦਾ ਜਾ ਰਿਹਾ ਹੈ ਤਿਉਂ ਤਿਉਂ ਹੀ ਸਾਰੇ ਲੋਕਾਂ ਵਿੱਚ ਉਹ ਸਾਭਾ ਦਾ ਜਾ ਰਿਹਾ ਹੈ ਕਿਉਂਕਿ ਇਹ ਦਿਵਾਲੀ ਹੀ ਸਾਰੇ ਲੋਕਾਂ ਦਾ ਹਰਮਨ ਪੈਰਾ ਤਿਉਹਾਰ ਹੈ ਚਾਹੇ ਬੱਚੇ ਹੋਣ ਜਵਾਨ ਹੋਣ ਜਾਫਰ ਬਜ਼ੁਰਗ ਹੋਣ ਸਾਰੇ ਮਿਲ ਕੇ ਇਸ ਤਿਉਹਾਰ ਦਾ ਖੂਬ ਆਨੰਦ ਮਾਣਦੇ ਹਨ ਸੋ ਦਿਵਾਲੀ ਮੌਕੇ ਹਰ ਸਾਲ ਕਈ ਛੁੱਟੀਆਂ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਦੇ ਹਾਂ ਦੋਸਤੋ 23 ਅਕਤੂਬਰ ਨੂੰ ਸ਼੍ਰੀ ਹਨੂਮਾਨ ਜਯੰਤੀ ਬਾਰੇ ਹਰ ਸਾਲ ਇਸ ਦਿਨ ਦੀ ਵੀ ਛੁੱਟੀ ਹੁੰਦੀ ਆ ਜੋ ਕਿ ਦਿਵਾਲੀ ਦੇ ਆਸ-ਪਾਸ ਹੀ ਹੁੰਦੀ ਹੈ ਪਰ ਇਸ ਵਾਰ ਜਿਵੇਂ ਕਿ 2 ਅਕਤੂਬਰ ਮਹਾਤਮਾ ਗਾਂਧੀ ਜਯੰਤੀ ਦੇ ਭਗਵਾਨ ਬਾਲਮੀਕ ਜਯੰਤੀ ਦਾ ਪਾਵਨ ਉਤਸਵ ਐਤਵਾਰ ਵਾਲੇ ਦਿਨ ਹੀ ਆ ਗਿਆ ਸੀ ਠੀਕ ਉਸੇ ਤਰ੍ਹਾਂ ਭਗਵਾਨ ਸ੍ਰੀ ਹਨੂਮਨ ਜਯੰਤੀ ਦਾ ਉਤਸਵ ਵੀ ਇਸ ਵਾਰ ਦੁਬਾਰਾ ਐਤਵਾਰ ਨੂੰ ਹੀ ਆ ਗਿਆ ਹੈ ਸੋ ਪਹਿਲਾਂ ਵਾਲਿਆਂ ਤੋਂ ਛੁੱਟੀਆਂ ਵਾਂਗ ਇਸ ਉਤਸਵ ਦੀ ਕੋਈ ਵੱਖਰੀ ਛੁੱਟੀ ਨਹੀਂ ਹੋਵੇਗੀ ਇਸ ਦੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ 27 ਅਕਤੂਬਰ ਦੀ ਤਾਂ ਦੋਸਤੋ 27 ਅਕਤੂਬਰ ਨੂੰ ਦਿਨ ਵੀਰਵਾਰ ਨੂੰ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਭ ਹੈ ਹੋ ਸਕਦਾ ਹੈ ਕਿ ਵਿਭਾਗ ਦੇ ਵੱਲੋਂ ਇਸ ਦਿਨ ਦੀ ਛੁੱਟੀ ਕੋਸ਼ਤ ਕੀਤੀ ਜਾ ਸਕੇ ਤਾਂ ਜੀ ਕੁੱਲ ਮਿਲਾ ਕੇ ਪੰਜਾਬ ਸਕੂਲਾਂ ਨੂੰ ਤਿੰਨ ਤੋਂ ਚਾਰ ਛੁੱਟੀਆਂ ਦਾ ਪੱਕਿਆ ਹੀ ਹੋਣਗੀਆਂ ਤਾਂ ਪਹਿਰੇਦਸ ਕੋਈ ਸੀ ਇਸ ਸਮੇਂ ਦੀ ਸਭ ਤੋਂ ਵੱਡੀ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗਿਓਗੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਵੀਡੀਓ ਨੂੰ ਲੱਗਦੀ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ